ਬਿਸਮਿਲ੍ਲਾਹਿਰਰਹਿਮਾਨਿਰਰਹਿਮ ਨਾਜ਼ਰੀਨ ਪਾਕਿਸਤਾਨ ਕਿਸਾਨ ਟੀਵੀ ਦੇ ਨਾਲ ਮੈਂ ਹਾਂ ਤੁਹਾਡਾ ਮੇਜ਼ਬਾਨ ਮੀਆਂ ਸਬਰ ਇਜਾਜ਼। ਦੋਸਤੋ ਅੱਜ ਅਸੀਂ ਗੱਲ ਕਰਨੀ ਹੈ ਮੁੰਜੀ ਦੇ ਵਿੱਚ ਅਗਰ ਕਿਸੇ ਸੂਰਤ ਦੇ ਵਿੱਚ ਜੜੀ ਬੂਟੀ ਵਗੈਰਾ ਉਗਾਵੇ ਤਾਂ ਉਹਦਾ ਕੀ ਤਰੀਕਾਕਾਰ ਹੈ, ਉਹਨੂੰ ਅਸੀਂ ਕਿਵੇਂ ਕੰਟਰੋਲ ਕਰਾਂਗੇ, ਕਿਸ ਸਟੇਜ ਤੇ ਕੰਟਰੋਲ ਕਰਾਂਗੇ, ਕਿਹੜੀ ਦਵਾਈ ਇਸਤੇਮਾਲ ਕਰਾਂਗੇ ਔਰ ਸਪਰੇਅ ਕਿਸ ਤਰੀਕੇ ਨਾਲ ਕਿਸ ਟਾਈਮ ਕਰਾਂਗੇ, ਇਹ ਸਾਰੀਆਂ ਚੀਜ਼ਾਂ ਸਾਰੇ ਸਵਾਲਾਂ ਦੇ ਜਵਾਬ ਇਨਸ਼ਾਅੱਲਾ ਤਾਲਾ ਤੁਹਾਨੂੰ ਅੱਜ ਮਿਲਣਗੇ। ਪਹਿਲੀ ਤਾਂ ਗੱਲ ਇਹ ਆ ਕਿ ਮੁੰਜੀ ਦੇ ਵਿੱਚ ਅਗਰ ਪਾਣੀ ਖੜਾ ਰਹੇ ਤੇ ਜ਼ਿਆਦਾਤਰ ਜੜੀ ਬੂਟੀਆਂ ਨਹੀਂ ਉੱਗਦੀਆਂ, ਲੇਕਿਨ ਸੁਆਂਖ ਤੇ ਹੋਰ ਡੀਲਾ ਵਗੈਰਾ ਦੋ ਤਿੰਨ ਕਿਸਮ ਦੀਆਂ ਜੜੀ ਬੂਟੀਆਂ ਜਿਹੜੀਆਂ ਫਿਰ ਵੀ ਉੱਗ ਆਉਂਦੀਆਂ ਨੇ ਔਰ ਉਹ ਵੀ ਕਿਸ ਦੋ ਤਰੀਕਿਆਂ ਨਾਲ ਉੱਗ ਆਉਂਦੀਆਂ। ਇੱਕ ਤਾਂ ਬਾਅਦ ਔਕਾਤ ਇਹ ਹੁੰਦਾ ਕਿ ਪਨੀਰੀ ਦੇ ਵਿੱਚ ਲੇਬਰ ਜਿਹੜਾ ਨਾ ਉਹ ਨਾਲ ਹੀ ਤੀਲੇ ਪੁੱਟ ਕੇ ਸੁਆਂਖ ਦੇ ਉਹ ਨਾਲ ਹੀ ਟੋਰ ਦਿੰਦੀ ਹੈ ਅਤੇ ਅਗਲੀ ਲੇਬਰ ਜਿਹੜੀ ਉਹਨਾਂ ਨੂੰ ਨਾਲ ਹੀ ਤੀਲਿਆਂ ਨੂੰ ਲਾ ਦਿੰਦੀ ਔਰ ਉਵੇਂ ਹੀ ਉਹਨਾਂ ਨੂੰ ਖਾਦ ਮਿਲਦੀ ਉਹ ਚੱਲ ਪੈਂਦੇ ਨੇ। ਦੂਸਰੀ ਵਜ੍ਹਾ ਇਹ ਹੁੰਦੀ ਕਿ ਅਸੀਂ ਜ਼ਿਆਦਾਤਰ ਜਿਹੜਾ ਹੁੰਦਾ ਨਾ ਫਸਲ ਦੋ ਦਿਨ ਪਹਿਲੇ ਸਾਡੀ ਹੋਰ ਫਸਲ ਹੁੰਦੀ ਔਰ ਚੌਥੇ ਦਿਨ ਅਸੀਂ ਅਗਲੀ ਫਸਲ ਲਾ ਰਹੇ ਹੁੰਦੇ ਹਾਂ ਔਰ ਹੱਲ ਚੱਲ ਰਿਹਾ ਹੁੰਦਾ, ਪਹਿਲੇ ਜਿਹੜੇ ਸੁਆਂਖ ਜਾਂ ਇਹਨਾਂ ਜੜੀ ਬੂਟੀਆਂ ਦੇ ਬੂਟੇ ਹੁੰਦੇ ਨੇ ਉਸੇ ਤਰ੍ਹਾਂ ਮਧੋਲੇ ਉਹ ਵਿੱਚ ਰਹਿ ਜਾਂਦੇ ਨੇ, ਪਾਣੀ ਵੀ ਉਹਨਾਂ ਨੂੰ ਮਿਲ ਜਾਂਦਾ ਫੌਰਨ ਕੱਦੂ ਦੇ ਵਿੱਚ, ਖਾਦ ਵੀ ਮਿਲ ਜਾਂਦੀ ਔਰ ਉਵੇਂ ਹੀ ਚੱਲ ਪੈਂਦੇ ਨੇ। ਹੁਣ ਗੱਲ ਇਹ ਆ ਕਿ ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ। ਪਹਿਲੀ ਤਾਂ ਗੱਲ ਇਹਨਾਂ ਦੀ ਸਟੇਜ ਕੀ ਹੈ ਕੰਟਰੋਲ ਕਰਨ ਦੀ, ਮੁੰਜੀ ਦੀ ਫਸਲ 20 ਦਿਨ ਤੋਂ ਰੱਖ ਕੇ 30 ਦਿਨ ਤੱਕ ਇਹਨੂੰ ਕੰਟਰੋਲ ਕਰਨ ਦੀ ਅੱਛੀ ਸਟੇਜ ਹੈ। ਇਸ ਤੋਂ ਬਾਅਦ ਅਗਰ ਤੁਸੀਂ ਲੇਟ ਲੈ ਕੇ ਜਾਓਗੇ ਤਾਂ ਤੁਹਾਡਾ ਮੁੰਜੀ ਦਾ ਨੁਕਸਾਨ ਹੋਏਗਾ, ਅਗਰ ਤੁਸੀਂ ਇਸ ਤੋਂ ਪਹਿਲੇ ਆਉਂਦੇ ਹੋ ਤਾਂ ਬਾਅਦ ਦਵਾਈਆਂ ਜਿਹੜੀਆਂ ਇਹਨਾਂ ਨੂੰ ਮੁੰਜੀ ਦੇ ਉੱਤੇ ਸਟ੍ਰੈਸ ਪੈਦਾ ਕਰਦੀਆਂ, ਇਸ ਵਜ੍ਹਾ ਤੋਂ ਜਿਹੜਾ ਨਾ ਉਹ ਸਟ੍ਰੈਸ ਨਾਲ ਫਿਰ ਵੀ ਮੁੰਜੀ ਦੀ ਫਸਲ ਦਾ ਨੁਕਸਾਨ ਹੁੰਦਾ। ਲੇਕਿਨ ਅੱਜ ਜਿਹੜੀ ਮੈਂ ਤੁਹਾਨੂੰ ਦਵਾਈ ਮੁਤਾਰਫ ਕਰਾਉਣ ਲੱਗਾ ਨਾ, ਇਹ ਸਿਰਫ ਪਾਕਿਸਤਾਨ ਦੀ ਨੰਬਰ 1 ਨਹੀਂ ਬਲਕਿ ਦੁਨੀਆ ਦੇ ਵਿੱਚ ਮੰਨੀ ਤੰਨੀ ਕੰਪਨੀ ਕਾਰਟਿਵਾ ਕੰਪਨੀ ਦੀ ਦਵਾਈ ਹੈ ਅਜਿਕਸਾ ਦੇ ਨਾਂ ਤੋਂ। ਕਾਰਟਿਵਾ ਕੰਪਨੀ ਦੀ ਦਵਾਈ ਅਜਿਕਸਾ ਦੇ ਨਾਂ ਤੋਂ, ਬਹੁਤ ਹੀ ਅੱਛੀ ਹੈ ਦਵਾਈ ਹੈ ਇਹ। ਤੁਸੀਂ ਪਨੀਰੀ ਦੇ, ਮੈਂ ਅੱਜ ਤੱਕ ਪਨੀਰੀ ਦੇ ਉੱਤੇ ਸਪਰੇਅ ਰਿਕਮੈਂਡ ਨਹੀਂ ਕਰਦਾ, ਇਹ ਦਵਾਈ ਐਸੀ ਦਵਾਈ ਹੈ ਜਿਹਨੂੰ ਮੈਂ ਪਨੀਰੀ 'ਤੇ ਵੀ ਰਿਕਮੈਂਡ ਕਰਨਾ। ਇੱਕ ਜ਼ਰਾ ਬਰਾਬਰ ਵੀ ਜਿਹੜਾ ਨਾ ਉਹ ਪਨੀਰੀ ਦੇ ਉੱਤੇ ਕੋਈ ਅਸਰ ਨਹੀਂ ਪਾਉਂਦੀ, ਅਗਰ ਜਿੰਨੀ ਮਰਜ਼ੀ ਇਹਦੀ ਡੋਜ਼ ਹੋ ਜਾਵੇ, ਗਲਤੀ ਵੀ ਹੋ ਜਾਵੇ ਈਵਨ, ਫਿਰ ਵੀ ਇਹਦਾ ਪਨੀਰੀ ਦੇ ਉੱਤੇ ਕੋਈ ਮਸਲਾ ਨਹੀਂ ਹੁੰਦਾ ਔਰ ਮੁੰਜੀ ਦੀ ਫਸਲ ਦੇ ਵਿੱਚ ਵੀ ਇਨਸ਼ਾਅੱਲਾ ਤਾਲਾ ਇੱਕ 0 ਵੀ ਸਟ੍ਰੈਸ ਨਹੀਂ ਇਹ ਆਉਣ ਦੇਗੀ। ਇਹ ਇੱਕ ਐਸਾ ਕੈਮੀਕਲ ਫਾਰਮੂਲਾ ਜਿਹੜਾ ਕਾਰਟਿਵਾ ਨੇ ਪਾਕਿਸਤਾਨ ਦੇ ਜਿਹੜਾ ਕਿਸਾਨਾਂ ਲਈ ਮੁਤਾਰਫ ਕਰਵਾਇਆ ਹੈ ਔਰ ਇਹਨੂੰ ਸਪਰੇਅ ਕਰੋ ਤੁਸੀਂ ਇਹਦੇ ਵਿੱਚ। ਉਹਨਾਂ ਨੇ ਏਕੜ ਦੀ ਡੋਜ਼ 800 ml ਦੱਸੀ ਹੈ, ਇੱਕ ਏਕੜ ਦੀ ਤਕਰੀਬਨ 800 ml ਡੋਜ਼ ਕਰੋ। ਈਵਨ ਮੈਂ ਤਾਂ ਇਹ ਕਹਿੰਦਾ ਕਿ ਇਹਦੀ 600 ml ਵੀ ਏਕੜ ਦੀ ਡੋਜ਼ ਹੋ ਜਾਵੇ ਨਾ ਅਤੇ ਜੜੀ ਬੂਟੀ ਇੱਕ ਦਫ਼ਾ ਕੰਟਰੋਲ ਹੋ ਜਾਂਦੀ ਔਰ ਦੁਬਾਰਾ ਉਹਨੂੰ ਸੰਭਲਦੇ ਸੰਭਲਦਿਆਂ ਕੀ ਹੁੰਦਾ ਕਿ ਮੁੰਜੀ ਦੀ ਫਸਲ ਉੱਤੇ ਓਵਰਲੈਪ ਕਰ ਜਾਂਦੀ ਹੈ ਔਰ ਫਿਰ ਉਹਨੂੰ ਰੋਸ਼ਨੀ ਅਤੇ ਹਵਾ ਨਹੀਂ ਮਿਲਦੀ ਉਹ ਜੜੀ ਬੂਟੀ ਨੂੰ ਅਤੇ ਫਿਰ ਉਹ ਗਰੋ ਨਹੀਂ ਕਰਦੀ। ਇਸ ਲਈ ਇਸ ਟਾਈਮ ਜਿਹੜੀ ਹੈ ਫਸਲ ਦੀ ਸਟੇਜ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ, ਇਹਨੂੰ ਅਸੀਂ ਸਪਰੇਅ ਕਰਵਾ ਰਹੇ ਹਾਂ। 1847 ਤਕਰੀਬਨ 25-26 ਦਿਨਾਂ ਦੀ ਫਸਲ ਹੈ, ਅੱਲਾ ਦਾ ਸ਼ੁਕਰ ਹੈ ਬਹੁਤ ਅੱਛੀ ਪੋਜੀਸ਼ਨ 'ਚ ਫਸਲ ਹੈ ਔਰ ਇਨਸ਼ਾਅੱਲਾ ਤਾਲਾ ਇਸ ਦਫ਼ਾ 1847 ਆਪਣਾ ਲੋਹਾ ਮਨਵਾਵੇਂਗੀ, ਮਨਵਾ ਚੁੱਕੀ ਵੀ ਹੈ ਔਰ ਮਨਵਾਵੇਂਗੀ ਵੀ। ਅਤੇ ਜਿਸ ਤਰ੍ਹਾਂ ਬਹੁਤ ਸਾਰੀਆਂ ਵਰਾਇਟੀਆਂ ਦੇ ਵਿੱਚ ਪੋਲੀਨੇਸ਼ਨ ਦਾ ਇਸ਼ੂ ਆਇਆ, ਇਨਸ਼ਾਅੱਲਾ ਤਾਲਾ 1847 'ਚ ਨਹੀਂ ਆਏਗਾ। ਜਿਹਨੇ ਜਿਹਨੇ ਦੋਸਤ ਨੇ ਵੀ ਲਾਈ ਹੈ ਉਹਨੂੰ ਅੱਛੇ ਤਰੀਕੇ ਨਾਲ ਸੰਭਾਲੋ। ਇਹ ਉਹ ਸਟੇਜ ਹੈ ਤਕਰੀਬਨ 23-24 ਦਿਨਾਂ ਦੀ ਫਸਲ ਹੈ, ਇਸ ਸਟੇਜ ਦੇ ਉੱਤੇ ਜਿਹੜਾ ਨਾ ਇਹਨੂੰ ਤੁਸੀਂ ਅਜਿਕਸਾ ਦਾ ਸਪਰੇਅ ਕਰਨਾ ਜੜੀ ਬੂਟੀ ਮਾਰ, ਜਿਹੜਾ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਇਨਸ਼ਾਅੱਲਾ ਤਾਲਾ ਬਿਲਕੁਲ ਸਾਫ਼ ਫਸਲ ਨੂੰ ਜਿਹੜਾ ਨਾ ਉਹ ਤਿਆਰ ਕਰੇਗਾ। ਅਤੇ ਖੁਸ਼ਬਾਸ਼ ਰਹੋ, ਰਿਜ਼ਕ ਕਮਾਉਂਦੇ ਰਹੋ, ਇਹਦੇ ਨਾਲ ਹੀ ਜਾ ਦਿਓ ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪੈਂਦਾਬਾਦ।